ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਬਲਾਕ ਰੁੜਕਾ ਕਲਾ ਅਧੀਨ ਪੈਂਦੇ ਪਿੰਡ ਕਾਹਨਾ ਟੇਸੀਏ ਦੇ ਸਰਪੰਚ ਮਨੋਜ ਕੁਮਾਰ ਦੇ ਖਿਲਾਫ ਪੰਜ ਪੰਚਾਇਤ ਮੈਂਬਰਾਂ ਵੱਲੋਂ ਬਲਾਕ ਦਫ਼ਤਰ ਰੁੜਕਾ ਕਲਾ ਦਿੱਤੀ ਗਈ ਦਰਖਾਸਤ ਤੇ ਮੰਗ ਕੀਤੀ ਕਿ ਸਰਪੰਚ ਨੂੰ ਹਟਾ ਕੇ ਪਿੰਡ ਵਿੱਚ ਵਿਕਾਸ ਕੰਮ ਕਰਨ ਲਈ ਪ੍ਰਬੰਧਕ ਲਾਇਆ ਜਾਵੇ ਉਹਨਾਂ ਨੇ ਦੋਸ਼ ਲਾਇਆ ਕਿ ਪਿੰਡ ਦਾ ਸਰਪੰਚ ਪੁਰਾਣੇ ਮੱਤਿਆਂ ਦੇ ਕੰਮ ਨਹੀਂ ਕਰਵਾ ਰਿਹਾ ਨਵੇਂ ਮੱਤੇ ਪਾ ਕੇ ਆਪਣੀ ਮਨਮਰਜ਼ੀ ਨਾਲ ਕੰਮ ਕਰਵਾ ਰਿਹਾ ਹੈ ਉਧਰ ਪਿੰਡ ਦੇ ਸਰਪੰਚ ਮਨੋਜ ਕੁਮਾਰ ਨੇ ਕਿਹਾ ਕਿ ਜਿਸ ਦਿਨ ਤੋਂ ਉਹਨਾਂ ਦਾ ਸਰਪੰਚ ਦਾ ਚਾਰਜ ਸੰਭਾਲਿਆ ਹੈ ਉਸ ਦਿਨ ਤੋਂ ਪਿੰਡ ਦੇ ਵਿਕਾਸ ਕੰਮ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਮੱਤਾ ਪਾ ਕੇ ਕਰਵਾਏ ਹਨ ਪ੍ਰਬੰਧਕ ਲਾਉਣ ਸੰਬੰਧੀ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਬਲਾਕ ਦਫ਼ਤਰ ਰੁੜਕਾ ਕਲਾਂ ਵਿਖੇ ਸਮੂਹ ਪੰਚਾਇਤ ਮੈਂਬਰਾਂ ਨੂੰ ਬੁਲਾਇਆ ਗਿਆ ਸੀ ਉਧਰ ਬਲਾਕ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਪਿੰਡ ਵਿੱਚ ਪ੍ਰਬੰਧਕ ਲਾਉਣ ਦੀ ਸ਼ਿਕਾਇਤ ਤੇ ਪਿੰਡ ਦੇ ਸਮੂਹ ਪੰਚਾਇਤ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੇ ਹਨ ਉਹਨਾਂ ਦਾ ਕੋਰਮ ਸੰਬੰਧੀ ਸੀਗੀ ਸ਼ਿਕਾਇਤ ਆਈ ਹੋਈ ਸਾਡੇ ਕੋਲ ਉਹਦੇ ਸੰਬੰਧ ਵਿੱਚ ਅੱਜ ਸਾਡੇ ਕੋਲ ਤੀਸਰੀ ਮੀਟਿੰਗ ਸੀਗੀ ਨਾ ਤਾਂ ਬੀ ਡੀ ਓ ਸਾਹਿਬ ਨੂੰ ਕੋਈ ਐਮਰਜੈਂਸੀ ਮੀਟਿੰਗ ਸੀਗੀ ਸਾਡੇ ਉੱਥੇ ਜਾਣਾ ਪੈ ਗਿਆ ਅਸੀਂ ਇਹਨਾਂ ਦੀ ਮੀਟਿੰਗ ਅਟੈਂਡ ਕੀਤੀ ਹੈ ਦੋਨੋਂ ਪਾਰਟੀਆਂ ਦੇ ਬਿਆਨ ਲੈ ਰਹੇ ਅਤੇ ਬਿਆਨ ਲੈ ਕੇ ਅਸੀਂ ਬੀ ਡੀ ਓ ਸਾਹਿਬ ਨੂੰ ਭੇਜ ਦਿੱਤੇ ਜਿਹੜੀ ਸ਼ਿਕਾਇਤਬਾਜੀ ਕਾਹਦੀ ਆਈ ਹੈ ਪ੍ਰਬੰਧਕ ਲਾਉਣ ਦੀ ਕਾਹਦੀ ਆਈ ਹੈ ਹਾਂਜੀ ਉਹਨਾਂ ਨੇ ਇੱਕ ਪਾਰਟੀ ਨੇ ਸ਼ਿਕਾਇਤ ਕੀਤੀ ਵੀ ਮਤਲਬ ਸਰਪੰਚ ਸਾਹਿਬ ਸਾਡੇ ਨਾਲ ਸਹਿਯੋਗ ਨਹੀਂ ਕਰ ਰਹੇ ਪ੍ਰਬੰਧਕ ਨਿਯੁਕਤ ਕੀਤਾ ਜਾ ਰਿਹਾ ਕਾਹਨਾ ਢੇਸੀਆਂ ਵਿੱਚ ਅੱਜ ਅਸੀਂ ਸਮੂਹ ਪੰਚਾਇਤ ਮੈਂਬਰਾਂ ਨੇ ਇਕੱਠੇ ਹੋ ਕੇ ਬਲਾਕ ਵਿਕਾਸ ਅਫਸਰ ਰੁੜਕਾ ਕਲਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਜਿਸ ਦੇ ਵਿੱਚ ਅਸੀਂ ਢੇਸੀਆਂ ਕਾਹਨਾ ਦੇ ਵਿਕਾਸ ਕਾਰਜਾਂ ਨੂੰ ਕਰਵਾਉਣ ਦੇ ਲਈ ਆਪਣੇ ਪੰਚਾਇਤ ਮੈਂਬਰਾਂ ਨਾਲ ਪ੍ਰਬੰਧਕ ਵਾਸਤੇ ਬੇਨਤੀ ਕੀਤੀ ਸੀਗੀ ਕਿ ਸਾਡੇ ਨਾਲ ਪ੍ਰਬੰਧਕ ਲਗਾਇਆ ਜਾਵੇ ਕਿਉਂਕਿ ਪਿੰਡ ਦੇ ਸਰਪੰਚ ਸਾਹਿਬ ਆਪਣੇ ਹੰਕਾਰੀ ਰਵੱਈਏ ਕਾਰਨ ਕਿਸੇ ਵੀ ਵਿਕਾਸ ਕਾਰਜ ਨੂੰ ਕਰਨ ਲਈ ਸਾਰੇ ਮੈਂਬਰਾਂ ਨੂੰ ਨਹੀਂ ਸੀ ਨਾਲ ਲੈਂਦੇ ਆਪਣੀ ਮਰਜ਼ੀ ਦੇ ਨਾਲ ਜਦੋਂ ਦਿਲ ਕਰਦਾ ਇਹ ਕੰਮ ਸ਼ੁਰੂ ਕਰਾਉਂਦੇ ਸੀ ਜਿੱਥੇ ਦਿਲ ਕਰਦਾ ਸੀ ਕਰਾਉਂਦੇ ਸੀ ਅਤੇ ਮਰਜ਼ੀ ਮੁਤਾਬਕ ਹੀ ਬੰਦ ਕਰ ਦਿੰਦੇ ਸੀ ਇਸ ਤੋਂ ਪਹਿਲਾਂ ਉਹਨਾਂ ਨੇ ਐਸ ਸੀ ਸ਼ਮਸ਼ਾਨ ਘਾਟ ਦੇ ਚਾਰ ਦੀਵਾਰੀ ਦੀ ਆੜ ਹੇਠ ਇੱਕ ਬਹੁਤ ਹੀ ਵੱਡੀ ਕੰਧ ਦੇ ਸਾਰੇ ਕੀਤੀ ਗਈ ਜੋ ਕਿ ਧੰਨ ਧੰਨ ਦਰਬਾਰ ਬਾਬਾ ਵੀਰੂ ਮਸਤਾ ਜੀ ਦੇ ਸਥਾਨ 'ਤੇ ਕੀਤੀ ਗਈ ਸੀ ਇਸ ਦੇ ਸੰਬੰਧੀ ਵੀ ਅਸੀਂ ਇੱਕ ਦਰਖਾਸਤ ਦਿੱਤੀ ਸੀਗੀ ਸਰਪੰਚ ਸਾਹਿਬ ਆਪਣੀ ਮਰਜ਼ੀ ਨਾਲ ਜੋ ਵੀ ਕੰਮ ਕਰਵਾ ਕੇ ਪਿੰਡ ਦੀ ਪੰਚਾਇਤ ਦਾ ਜੋ ਵਿਕਾਸ ਕਾਰਜਾਂ ਲਈ ਫੰਡ ਆਇਆ ਉਹਦੀ ਦੁਰਵਰਤੋਂ ਕਰ ਰਹੇ ਹਨ ਇਸ ਲਈ ਉਸ ਦੀ ਕੰਧ ਦੀ ਪੇਮੈਂਟ ਵੀ ਰੋਕੀ ਜਾਵੇ ਅਤੇ ਬਾਕੀ ਦੇ ਜੋ ਵਿਕਾਸ ਕਾਰਜ ਕਰਨ ਲਈ ਅਸੀਂ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਨਾਲ ਸਹਿਯੋਗ ਕਰਨ ਨੂੰ ਤਿਆਰ ਹਾਂ ਅਤੇ ਜਿੰਨੇ ਵੀ ਕੰਮਕਾਰ ਹੈਗੇ ਆ ਉਹ ਸਾਰੇ ਤਨਦੇਹੀ ਨਾਲ ਕਰਾਂਗੇ ਅਤੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜੋ ਵੀ ਸਾਡੀ ਮੰਗ ਹੈਗੀ ਆ ਇਹਦੇ ਵਿੱਚ ਪ੍ਰਬੰਧਕ ਸਾਡੇ ਨਾਲ ਲਗਾਇਆ ਜਾਵੇ ਅਤੇ ਸਾਡੇ ਕੰਮ ਜਿਹੜੇ ਆ ਸਾਰੇ ਸਹੀ ਤਰੀਕੇ ਨਾਲ ਸੰਪੂਰਨ ਕੀਤੇ ਜਾਣ ਸ਼ਿਕਾਇਤ ਦੇਣ ਤੋਂ ਬਾਅਦ ਤੁਹਾਡੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਜਿੱਦਣ ਦੀ ਅਸੀਂ ਬਲਾਕ ਅਫਸਰ ਸਾਹਿਬ ਨੂੰ ਸ਼ਿਕਾਇਤ ਕੀਤੀ ਆ ਅੱਜ ਤੀਸਰੀ ਮੀਟਿੰਗ ਸੀ ਉਸ ਦੇ ਵਿੱਚ ਅਤੇ ਅੱਜ ਸਾਡੇ ਦੋਨਾਂ ਧਿਰਾਂ ਦੇ ਬਿਆਨ ਜਿਹੜੇ ਕਲਮਬੰਦ ਕੀਤੇ ਗਏ ਆ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਫਿਰ ਕਿਹੜਾ ਪ੍ਰਬੰਧਕ ਲਾਉਣ ਦਾ ਮੇਨ ਕੀ ਕਾਰਨ ਤੁਸੀਂ ਮੰਨਦੇ ਪ੍ਰਬੰਧਕ ਲੈਣਾ ਚਾਹੀਦਾ ਪ੍ਰਬੰਧਕ ਇਸ ਲਈ ਕਹਿ ਰਹੇ ਹਾਂ ਕਿਉਂਕਿ ਸਰਪੰਚ ਸਾਹਿਬ ਦੱਸ ਹੀ ਨਹੀਂ ਰਹੇ ਕਿ ਕਿਹੜਾ ਕੰਮ ਕਿੱਥੋਂ ਸ਼ੁਰੂ ਕਰਨਾ ਇੱਕ ਜੋ ਪਿੰਡ ਵਿੱਚ 2.5-3 ਸਾਲ ਤੋਂ ਪਹਿਲੇ ਮਤੇ ਪਏ ਆ ਉਹ ਕਾਰਜ ਤਾਂ ਹੋ ਨਹੀਂ ਰਿਹਾ ਜੋ ਹੁਣ 2 ਮਹੀਨੇ ਪਹਿਲਾਂ ਤੋਂ ਮਤੇ ਆਇਆ ਉਹਨਾਂ 'ਤੇ ਕੰਮ ਸ਼ੁਰੂ ਕਰ ਦਿੰਦੇ ਆ ਹੁਣ ਤੱਕ ਪਿੰਡ ਵਿੱਚ ਕਿੰਨੀ ਕੁ ਗ੍ਰਾਂਟ ਆ ਚੁੱਕੀ ਹੈ ਜੀ ਗ੍ਰਾਂਟ ਦੀ ਜੋ ਟੋਟਲ ਜਾਣਕਾਰੀ ਆ ਉਹ ਤਾਂ ਸ਼ਾਇਦ ਕਿਸੇ ਮੈਂਬਰ ਨੂੰ ਵੀ ਨਹੀਂ ਹੋਊਗੀ ਪਰ ਅੱਜ ਜੋ ਇੱਥੇ ਦੱਸਿਆ ਗਿਆ ਕਿ 14ਵੇਂ ਵਿੱਤ ਕਮਿਸ਼ਨ ਦੇ ਜੋ ਖਰਚੇ ਆ ਉਹ ਤਕਰੀਬਨ 15-16 ਲੱਖ ਦੇ ਕਰੀਬ ਹੈਗੇ ਜਿਹੜੇ ਖਰਚ ਕਰਨ ਦੇ ਲਈ ਦੱਸ ਰਿਹਾ ਸੀਗੇ ਆਏ ਜਿਹੜੇ ਆਏ ਆ ਹਾਂਜੀ ਜਿਹੜੇ 15-16 ਲੱਖ ਰੁਪਏ ਆਇਆ ਗ੍ਰਾਂਟ ਹਾਂਜੀ ਉਹ ਜੋ 14ਵੇਂ ਵਿੱਤ ਕਮਿਸ਼ਨ ਦਾ ਫੰਡ ਉੱਤੇ ਆਇਆ ਕੀ ਮੰਗ ਕਰਦੇ ਹੁਣ ਮੰਗ ਇਹੀ ਹੈ ਕਿ ਉਹ ਜਿਹੜੇ ਕਾਰਜਾਂ ਲਈ ਆਏ ਆ ਪੈਸੇ ਉਹ ਸਹੀ ਜਗ੍ਹਾ 'ਤੇ ਲਗਾਏ ਜਾਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤਰਸੀਮ ਸਿੰਘ ਬਲਾਤੋਂ ਪਿੰਡ ਸੇਕਰ ਨਾਲ ਅੱਜ ਸਾਡੇ ਪਿੰਡ ਦੀ ਸ਼ੁਰੂ 5 ਮੈਂਬਰਾਂ ਨੂੰ ਪਿੰਡ ਦਾ ਸਭ ਸੱਦਿਆ ਸੀਗਾ ਅਤੇ ਉਹ ਉਹਨਾਂ ਦੇ ਜਿਹੜਾ ਸਾਡਾ ਸਰਪੰਚ ਮਨੋਜ ਕੁਮਾਰ ਜੀ ਆ ਉਹ ਕੋਈ ਉਹਨਾਂ ਦੀ ਗੱਲਬਾਤ ਨਹੀਂ ਸੁਣ ਰਿਹਾ ਜਿਹੜੇ ਕੰਮ ਕਰ ਰਿਹਾ ਬਿਨਾਂ ਮਦਦ ਕਰ ਰਿਹਾ ਆ ਇੱਕ ਸਾਡੇ ਗੁਰਦੁਆਰਾ ਆ ਸ਼੍ਰੀ ਗੁਰੂ ਗੁਰਦਾਸ ਮੰਦਰ ਜੀ ਉਹਦਾ 2.5 ਲੱਖ ਰੁਪਏ ਗ੍ਰਾਂਟ ਆਈ ਅਤੇ ਵਿੱਚ ਪੈਸੇ ਆਏ ਹੋਏ ਆ ਉਹ ਬੈਂਕ ਦੇ ਵਿੱਚ ਲਿਖ ਕੇ ਦੇ ਆਇਆ ਵੀ ਇਹ ਪੈਸੇ ਨਾ ਚੱਕਣ ਸਾਡਾ ਪਿੰਡ ਉਹ ਤੋਂ ਇੰਨਾ ਦੁਖੀਆ ਸਾਡਾ ਸਿੰਘੀ ਗੁਰਦੁਆਰਾ ਆ ਉਹਦੇ ਵਿੱਚ ਦੁਆਲੇ 4 ਵਾਰੀ ਇੱਕ ਬੰਦੇ ਕਹਿ ਤੇ ਵੀ ਤੇਰੇ ਨਾਲ ਟੱਬਰ ਅਮਰੀਕਾ ਭੇਜ ਦੂੰਗਾ ਉਹਦੇ ਕਹਿਣ 'ਤੇ ਇਹਨੇ ਉਹ 4 ਦੁਆਰੀ ਕਰਨਾ ਪਿਆ ਉਹ ਤੋਂ ਅਸੀਂ ਰੋਕਿਆ ਇਹਨੂੰ ਫਿਰ ਸਾਡੇ ਸਤਪੁਰਾ ਦੇ ਤਾਰਾਂ ਵੀ ਉਹ ਰੋਕਦੀਆਂ ਹਰੇ ਪਾਣੀ ਸਾਡਾ ਮਸਤਾਲ ਨੂੰ ਜਾਂਦਾ ਸੀ ਇਹ ਦੂਜੇ ਪਾਸੇ ਨੂੰ ਕੱਢ ਦਿੱਤਾ ਬਿਨਾਂ ਮਤੇ ਤੋਂ ਬਿਨਾਂ ਉੱਦਾਂ ਹੀ ਕੰਮ ਕਰੀ ਜਾਣ ਡਿਆ ਕਿਸੇ ਬੰਦੇ ਦੀ ਗੱਲ ਨਹੀਂ ਮੰਨਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਆਪਦੇ ਚੈਨਲ ਰਾਹੀਂ
मैं सारे अपने नगर निवासियों एन आर ई भरावों प्यार भरी सत श्रीकाल करना। वो सब जानते हैं क्योंकि मेरी फेसबुक आई डी बनी हुई है सरपंच मनोज कुमार के नाते। वो पिंड की कली कली एक्टिविटी तो जाणू आ और उत्साहित भी आ, माण सत्कार भी करते हैं। तो जिहड़े भी मते दी गल करते हैं, 2019 तो मैं सरपंची दे जाने के कार्य शुरू किए आ, तो समुची पंचायत को पंचायत के एक्ट मुताबक सद्दा पित्र भेजा जाता, एजेंडा नोटिस राही पंचायत हाजिर होंगी है। जिहड़े जिहड़े पंच जिहड़ा काम कहिंदे आ उहदे मते पाए जाते हैं। उस तो मतियां तो बाद फिर जदों काम शुरू करना हुंदा फिर दोबारा पंचायत मैंबरां नूं सद्दिया जाता, पंचायत मैंबरां दी हाजरी दे विच उह काम शुरू किए जाते हैं। इस करके कोई भी इस तरह का कोई काम इदा का हो नहीं सकता भी जिहड़े वार्ड के विच काम शुरू करना भी वह पंचायत मैंबर ना हो। प्रबंधक जिहड़ा आ उहनां ने लोन की जिहड़ी मंग की है उहदे बारे की कहना चाहुंदे हो? प्रबंधक तो जी देखो हुण जे कानून दे एक्ट मुताबक लगता तो फिर वह वक्री गल आ, पर जाने के वह गैर कानूनी आ क्योंकि मैं काम करवाने लिए तैयार हाँ, करदा भी हाँ तो हूँ भी करदा पाया। ये तो मैनू स्पैशल बी डी पी ओ तो चिट्ठी आई भी तू पंचायत दे जाने के अहदे ते रहिंदे तुहाडे कोल कोरम घटिया करके भी पिंड दे काम ना करा, नहीं तो मेरे हूँ भी मते पाए आ जिहड़े पिछले पंचायत साढ़े चा पाए उन्होंने मुताबक मेरा काम चलते पे। ये तो बी डी पी ओ की चिट्ठी तो बाद अं काम रोकया। नहीं रोक लाते हैं भी जो 2 साल पहला मते पाए से उसके काम नहीं किए, जो नवे मते पाए हैं वो सानू पता भी इन्हें वो काम कराए। ये बेबुनियाद झूठे आ ना, 2 साल वाला ना 6 महीने वाला कोई रौला नहीं गा जी। 2.5 साल साड़ी पंचायत नूं बणी नूं होया, 2019 तो बाद कुछ महीनों तो बाद अं पंचायत ने मते पाने शुरू किए। और जिदा जिदा जाने कि यह पंचायत का समुची का जोड़े रोक लाते हैं उन्होंने अपने वार्डा के काम बहुत सारे पहला उन्होंने करवा लिया है, करवाने तो बाद हूँ जाने कि जिदा ना भी विकास के विरोधी करके अपने ही वार्डा के उन्होंने हूँ भी काम चलते हुए जोड़े जाने के पहला भी पे से नवे मते, कोई नवे पुराने का साढ़े कोई किसी तरह है नहीं गा जी। सैंबी जठेरिया जी जठेरे आ उन्होंने प्रबंधक ने किसी तुम्हें ये भी अमरीका जाने का भी लालच दिता? मैं क्या जी देखो मैनू कोई किसी का लालच नहीं, ना यह लालच वाला सरपंच आ, ये लालच च नहीं आने वाला। जिहड़ा जाने के वो हैगी है जगह सैंबी जठेरे वाली, वो ग्राम पंचायत की मलकीयत आ। पिछली बार भी मैं पंचायत मैंबर सीगा ते वो उन्होंने जाने के एक हाल बनाने लिए मंगी सी जगह, पर उस तो बाद गुरदयाल सिंह साढ़े उन्होंने हाईकोर्ट के रिट पाती सी, जिहदे तो बाद वो साड़ी पंचायत बदल गई। तो वो रिट दा फैसला जिहड़ा सी पंचायत दे हक च आ, ते हुण असी अपनी पंचायत ने उन्होंने सैंबी ठेरे नूं पुछया भी जे तुसीं इह जगह लैणी आ तुहानूं देण लई तैयार आ, पर सानूं इह जगह वट्टे जगह दे दिओ क्योंकि सानूं पिंड दे विच सीवरेज पाउण लई 2 खेतां दी मंग कीती जांदी आ, संत चीचेवाल भी असीं गए सीगे होर पासे भी मंग कीती। तो असी उन्होंने बेनती की भी ये 2-2.5 कनाल आ घट्टो घट 40-50 लाख की जगह, भी तुम सानू ये बटे सानू 2 खेत लै दौ जो कुछ भी सानू बटांदरा दे दौ भी जे असी ये जगह तुहानू इदे फ्री च दिने दान कर भी साढ़े कोल पंचायत दी कोल दान करन दा अधिकार नहीं गा, पर फिर भी जे सानू इदे दिने आ तां साढ़े ते फिर केस हो सकता भी अं तरीका भुगतांगे। असी अज भी इन्हां नाल बटांदरा करन लई तैयार हाँ भी जे वो इस दबदबा च फ्री च वो साढ़े कोल नहीं अधिकार उच्च अधिकारी उन्होंने फ्री च देने देने तैयार है, पर इदा का कोई लालच नहीं, ये बेबुनियाद झूठे आ। अपनी मर्जी नहीं जो मर्जी मैं किसी इल्जाम ला देव पर मैं उसे साबित करने जो इल्जाम लाऊंगा। एक जरा उन्होंने जी मीटिंग हुई है थोड़ी, हाँ जी सर, बयान जो कलमबंद की मैटर से? देखो जी मेन तो गल हैगी भी 2.5 साल हो गया साड़ी ग्राम पंचायत में काम करद, बहुत वधिया करते, बहुत वधिया और करते सी तो करते हाँ, पर 22 तरीक न 12 बजे जाने के ग्राम पंचायत की एक मीटिंग सदी गई इस एजेंडा नोट्स कढ़ के, जिद सिर्फ एक कमलजीत हाजिर नहीं सी, बाकी सारे समूह पंचायत मैंबर हाजिर हुए। वो बहुत सारिया गल् जाने के फैसला किया लिखती रूप के ऐसी शमशान घाट की चारदवारी का जिक्र सेगा भी ऐसी शमशान घाट की जो चारदवारी का मता पाया सी वो चारदवारी कंप्लीट हो गई है, खत्तियां वालों हुण कोई भी जाने के वह रास्ता नहीं गा, एक नंबर वार्ड वालों छप्पड़ के दोनों पासों रास्ता भी दीवार तोड़ के कोई भी रास्ता जो बनाने की कोशिश करेगा चाहे वह पंचायत मैंबर हो चाहे पंचायत होते कानूनी कार्रवाई करने का हक पंचायत और साधारण बंदा रखता। उस दे बावजूद पंचायत की मीटिंग खत्म होने तो बाद मेरे घर आके समूह पंचायत मैंबर ने चाह पानी पीता, पर शाम को रणजीत कुमार ने सुशील कुमार जोगिंदर पाल जो जाने के उत्थे दा प्रधान आ राजू बलजिंदर राजू इन्होंने जाने के एक बंदे 500 रुपया दे के कंध तड़वाती वो की आ भी उत्थे वो जिहड़ा पिछे प्लाट कट हुंदे आ उन्होंने विच इन्हां दा हिस्सा। ये गल मेरे नाल भी पहला जमा नवा सरपंच बनया जिहड़े प्लाट कट्टण वाले आ उन्होंने मेरे नाल भी सौदा कीता सी भी तुसीं शमशान घाट दे विच दी रस्ता सानू दे दिओ असीं तुहानूं ऑफर करदे ही पैसे देवांगे, पर मैं क्योंकि मेरे को ना अधिकार आ ते ना ही मैं उधर नूं उह दे सकदा क्योंकि ऐसी शमशान घाट आ ते शमशान घाट किसी दे विच दी रस्ता थोड़ी दित्ता जा सकदा, परसनल प्रॉपर्टी आ उहनां दी, उहनां ने अपने जो भी उहदे च प्रॉफिट करदे आ उह करदे आ, उहनां ने जिहड़ा रस्ता हैगा जो उधर दी देण।
सर गल भी इतों स्टार्ट हुई आ भी ये बंदे ने धक्के रास्ता कढ़िया वो रास्ता क्ढण के बाद वो हम मैं कानूनी कार्रवाई लिए बी डी पी ओ दफ्तर भी दरखास्त पाई सी 112 से भी कॉल की मानयोग एस एस पी साहब के कोल भी बेनती कर दी है पर हजे तक भी वो दरखास्तों पर कोई कार्रवाई नहीं हुई पर दरखास्तों दबाने लिए ही सारा कुछ प्रबंधक की मांग की है ना कि किसी विकास की कोई गलबात नहीं सारे जाने कि विकास करने लिए जाने कि पंचायत मैंबर एगरी से और होंगे सी अज तो पहला जाने कि सारे खुश है हूँ भी जाने कि जोड़े वार्ड के उन्होंने काम अजे अधूरे पे आता ज होंगे पे वो अपने वार्डा के आप काम खड़े होकर करा के भी कहें भी सूँ पुछता नहीं ये सब झूठे और बेबुनियाद है शुक्रिया।